ਅਗਲੀ ਫੈਮਿਲੀ ਆ ਫਰੀਮੈਨ ਬਲੱਡ ਲਾਈਨ। ਇਹ ਫੈਮਿਲੀ ਕੋਲ ਵੀ ਬਹੁਤ ਪਾਵਰ ਆ। ਇਹ ਫੈਮਿਲੀ ਐਂਟੀ ਡਿਫੇਮੇਸ਼ਨ ਲੀਗ ਦੀ ਬੈਕਬੋਨ ਮੰਨੀ ਜਾਂਦੀ ਹੈ। ਜਦੋਂ ਵੀ ਜਿਊਸ ਉੱਤੇ ਕੋਈ ਕੇਸ ਹੁੰਦਾ ਜਾਂ ਉਹਨਾਂ ਨਾਲ ਕਿਤੇ ਵੀ ਧੱਕਾ ਹੁੰਦਾ, ਉਦੋਂ ADL ਅੱਗੇ ਆਉਂਦੀ ਆ ਜਿਊਸ ਵੱਲੋਂ ਕੇਸ ਲੜਨ ਲਈ। ਜਦੋਂ ਵੀ ਕਿਸੇ ਹੋਰ ਧਰਮ 'ਤੇ ਗੱਲ ਆਉਂਦੀ ਆ, ਭਾਵੇਂ ਮੁਸਲਿਮ ਧਰਮ, ਹਿੰਦੂ ਧਰਮ ਜਾਂ ਸਿੱਖ ਧਰਮ, ਉਦੋਂ ਹਰ ਇੱਕ ਬੰਦੇ ਨੂੰ ਫਰੀਡਮ ਆਫ ਸਪੀਚ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਪਰ ਜਦੋਂ ਵੀ ਜਿਊਸ 'ਤੇ ਗੱਲ ਆਉਂਦੀ ਆ, ਉਦੋਂ ADL ਮੂਹਰੇ ਖੜ੍ਹਾ ਹੁੰਦਾ। ਜੇ ਤੁਸੀਂ ਜਿਊਸ ਨੂੰ ਮਾੜਾ ਕਹਿੰਦੇ ਹੋ ਤਾਂ ਤੁਹਾਨੂੰ ਐਂਟੀਸੈਮਿਟ ਕਿਹਾ ਜਾਂਦਾ ਹੈ ਅਤੇ ਤੁਹਾਡੇ 'ਤੇ ਕੇਸ ਦਰਜ ਕੀਤਾ ਜਾਂਦਾ ਆ। ADL ਨੂੰ ਇਹ ਪਰਿਵਾਰ ਚਲਾਉਂਦਾ ਆ।